Bismillahirrahmanirrahim. Assalamualaikum. Te sat shri kaal. Okay. Well, guys, thank you very much for clicking on this video to watch it. Is video che main thuanu badi kimti jankari davanga. Thuanu dassanga ke is situation che hun thuanu ki karna chahida hai. ਮੇਰੀ ਗੱਲ ਸੁਣੋ, ਤੁਹਾਡੇ ਵਾਸਤੇ ਮੈਂ ਵੱਖਰਾ ਚੈਨਲ ਬਣਾਇਆ ਹੈ ਅਤੇ ਉਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਉੱਥੇ ਤੁਹਾਨੂੰ ਪੰਜਾਬੀ ਵੀਡੀਓਜ਼ ਹੋਰ ਵੀ ਮਿਲਣਗੀਆਂ, ਠੀਕ ਹੈ। ਇਹ ਇਸ ਚੈਨਲ 'ਤੇ ਮੈਂ ਇਹ ਵੀਡੀਓ ਇਸ ਵਾਸਤੇ ਪਾਈ ਹੈ ਤਾਂ ਕਿ ਤੁਹਾਨੂੰ ਘੇਰ ਘੂਰ ਕੇ ਉੱਥੇ ਲੈ ਕੇ ਜਾ ਸਕਾਂ। Anyways, guys, the situation is right in front of you. ਤੁਸੀਂ ਵੇਖ ਸਕਦੇ ਹੋ ਕਿ IELTS ਦਾ ਟੈਸਟ ਜਿਹੜਾ ਹੈ, ਮੈਂ ਸੁਣਿਆ ਹੈ ਕਿ ਜੂਨ ਵਾਸਤੇ ਵੀ ਕੈਂਸਲ ਹੋ ਗਿਆ ਹੈ, ਠੀਕ ਹੈ। ਯਾਨੀ ਇੱਕ ਪਾਸਿਓਂ ਚੀਜ਼ਾਂ ਟੈਟ ਹੁੰਦੀਆਂ ਜਾ ਰਹੀਆਂ, ਦੂਜੇ ਪਾਸੋਂ ਚੀਜ਼ਾਂ ਢਿੱਲੀਆਂ ਹੁੰਦੀਆਂ ਜਾ ਰਹੀਆਂ। ਦੋਵੇਂ ਕੰਮ ਹੋ ਰਹੇ ਨੇ, ਮਤਲਬ ਜੇ ਮੁਸ਼ਕਲ ਹੈ ਤਾਂ ਫਿਰ ਆਸਾਨੀ ਵੀ ਹੈ, ਜੇ ਖੁਸ਼ੀ ਹੈ ਤਾਂ ਗਮ ਵੀ ਹੈ, ਦੋਵੇਂ ਚੀਜ਼ਾਂ ਨਾਲ ਨਾਲ ਨੇ। ਅੱਛਾ, ਮੁਸ਼ਕਿਲ ਹੈ ਕਿ IELTS ਦਾ ਟੈਸਟ ਨਹੀਂ ਹੋ ਰਿਹਾ, ਲੇਕਿਨ ਕੰਪਿਊਟਰ ਡਿਲੀਵਰਡ IELTS ਜਿਹੜਾ ਹੈ ਉਹ ਪਾਕਿਸਤਾਨ 'ਚ ਸ਼ੁਰੂ ਹੋ ਚੁੱਕਿਆ ਹੈ, ਅਤੇ ਜੇ ਇੰਡੀਆ 'ਚ ਵੀ ਲੋਕਡਾਊਨ ਮੁੱਕ ਜਾਏਗਾ ਤਾਂ ਫਿਰ ਕੰਪਿਊਟਰ ਡਿਲੀਵਰਡ IELTS ਅਵੇਲੇਬਲ ਹੋਏਗਾ। IELTS ਇੰਡੀਕੇਟਰ ਚੱਲ ਰਿਹਾ ਹੈ, ਅਤੇ ਤੁਹਾਨੂੰ ਮੈਂ ਇੱਕ ਚੀਜ਼ ਦੱਸ ਦੇਵਾਂ, IELTS ਤੋਂ ਇਲਾਵਾ ਕੋਈ ਹੱਲ ਨਹੀਂ ਹੈ। ਜੇ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ, ਜੇ ਤੁਸੀਂ ਆਸਟ੍ਰੇਲੀਆ ਨਿਊਜ਼ੀਲੈਂਡ ਜਾਣਾ ਚਾਹੁੰਦੇ ਹੋ, IELTS ਤੋਂ ਇਲਾਵਾ ਕੋਈ ਹੱਲ ਨਹੀਂ ਹੈ। ਦੂਓ ਲਿੰਗੋ ਦੇ ਬਾਰੇ 'ਚ ਮੈਂ ਸਿਰਫ ਇੱਕ ਜੁਮਲਾ ਕਹਾਂਗਾ ਕਿ ਦੂਓ ਲਿੰਗੋ ਕਰਕੇ ਬਾਹਰ ਜਾਣ ਦੇ ਸੁਪਨੇ ਵੇਖਣ ਵਾਲੇ ਲੋਕ ਉਹੀ ਨੇ ਜਿਹੜੇ ਕੁੱਕੜ ਦੀਆਂ ਤਰਲੇ ਮਿੰਨਤਾਂ ਕਰਦੇ ਨੇ ਕਿ ਭਰਾਵਾ ਅੰਡਾ ਦੇ ਦੇ, ਭਰਾਵਾ ਅੰਡਾ ਦੇ ਦੇ, ਤੇਰੀ ਮਿਹਰਬਾਨੀ ਭਰਾਵਾ ਅੰਡਾ ਦੇ ਦੇ, ਮੇਰੀ ਇੱਜ਼ਤ ਦਾ ਸਵਾਲ ਹੈ। ਅਤੇ ਦੂਓ ਲਿੰਗੋ ਇੱਕ ਉਹੋ ਜਿਹਾ ਮੁਰਗਾ ਹੈ ਜਿਹਨੇ ਕਦੀ ਅੰਡਾ ਨਹੀਂ ਦੇਣਾ, ਯਾਨੀ ਤੁਹਾਡਾ ਵੀਜ਼ਾ ਨਹੀਂ ਲੱਗੂਗਾ ਦੂਓ ਲਿੰਗੋ ਕਰਕੇ। ਅੱਛਾ, ਹੁਣ ਸਿਚੁਏਸ਼ਨ ਇਹ ਹੈ ਕਿ ਜਿਨ੍ਹਾਂ ਨੇ ਕੈਨੇਡਾ ਜਾਣਾ, ਕਿਉਂਕਿ ਮੈਂ ਅੱਜ ਕੱਲ੍ਹ ਨਾ ਕੈਨੇਡਾ ਦੀ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਨੂੰ ਬਹੁਤ ਡੀਪਲੀ ਸਟੱਡੀ ਕਰ ਰਿਹਾ ਵਾਂ, ਕਿਉਂਕਿ ਖਾਲੀ IELTS ਪੜ੍ਹਾ ਪੜ੍ਹਾ ਕੇ ਮੈਂ ਵੀ ਬੋਰ ਹੋ ਗਿਆ ਸੀ, ਤੁਸੀਂ ਵੀ ਥੋੜ੍ਹੇ ਜਿਹੇ ਬੋਰ ਹੋ ਗਏ ਸੀ, IELTS ਦੀਆਂ ਵੀ ਮੈਂ ਵੀਡੀਓਜ਼ ਬਣਾਵਾਂਗਾ, ਲੇਕਿਨ ਨਾਲ ਨਾਲ ਮੈਂ ਨਾ ਅੱਜ ਕੱਲ੍ਹ ਸਟੱਡੀ ਕਰ ਰਿਹਾ ਵਾਂ ਕੈਨੇਡੀਅਨ ਇਮੀਗ੍ਰੇਸ਼ਨ, ਕੈਨੇਡੀਅਨ ਐਜੂਕੇਸ਼ਨ, ਅਤੇ ਬਾਇਓਮੈਟ੍ਰਿਕ ਜਿਹੜਾ ਹੈ ਬਹੁਤ ਜਲਦੀ ਸ਼ੁਰੂ ਹੋਣ ਵਾਲਾ ਹੈ, ਫਿਰ ਜਿਹੜੇ ਉਹਨਾਂ ਦੇ ਵੀਜ਼ਾ ਸੈਂਟਰਸ ਨੇ ਉਹ ਵੀ ਸਟਾਰਟ ਹੋਣ ਵਾਲੇ ਨੇ, ਔਨਲਾਈਨ ਐਪਲੀਕੇਸ਼ਨਸ ਤੇ ਉਹ ਆਲਰੇਡੀ ਐਕਸੈਪਟ ਕਰ ਰਹੇ ਨੇ। ਅਤੇ ਮਜ਼ੇ ਦੀ ਗੱਲ ਇਹ ਵੇ ਕਿ ਉਹਨਾਂ ਨੇ ਕੋਈ ਵੀ ਐਪਲੀਕੇਸ਼ਨ ਜਿਹੜੀ ਹੈ ਉਹਨੂੰ ਕਲੋਜ਼ ਨਹੀਂ ਕਰਨਾ ਕਿ ਇਨਕੰਪਲੀਟ ਡਾਕੂਮੈਂਟਸ ਕਰਕੇ ਜਾਂ ਐਪਲੀਕੇਸ਼ਨ ਇਨਕੰਪਲੀਟ ਹੈ, ਇਹਦਾ ਕਰਕੇ ਕੋਈ ਵੀ ਐਪਲੀਕੇਸ਼ਨ ਕੈਨੇਡੀਅਨ ਗਵਰਨਮੈਂਟ ਰਿਫਿਊਜ਼ ਨਹੀਂ ਕਰੇਗੀ, ਉਹਨੂੰ ਕਲੋਜ਼ ਨਹੀਂ ਕਰੇਗੀ, ਉਹ ਤੁਹਾਨੂੰ ਟਾਈਮ ਦੇਣਗੇ, ਯਾਨੀ ਤੁਹਾਨੂੰ 3 ਮੰਥਸ ਦਾ, 90 ਡੇਜ਼ ਦਾ ਟਾਈਮ ਦੇਣਗੇ ਕਿ ਤੁਸੀਂ ਆਪਦੀ ਬਾਇਓਮੈਟ੍ਰਿਕ ਕਰਵਾ ਲਓ, IELTS ਦਾ ਰਿਜ਼ਲਟ ਜਮ੍ਹਾਂ ਕਰਵਾ ਦਿਓ, ਹੋਰ ਜਿਹੜੇ ਜਿਹੜੇ ਡਾਕੂਮੈਂਟਸ ਨੇ ਉਹਨਾਂ ਵਾਸਤੇ ਵੀ ਤੁਹਾਨੂੰ ਪਹਿਲੇ 3 ਮੰਥਸ ਦਾ ਟਾਈਮ ਮਿਲੇਗਾ। ਉਸ ਤੋਂ ਬਾਅਦ ਫਿਰ ਗ੍ਰੈਜੂਅਲੀ ਜੇ ਤੁਸੀਂ ਨਹੀਂ ਸਬਮਿਟ ਕਰਵਾਉਂਦੇ, ਫਿਰ ਵੀ ਉਹ ਤੁਹਾਡੀ ਐਪਲੀਕੇਸ਼ਨ ਨੂੰ ਕਲੋਜ਼ ਨਹੀਂ ਕਰਨਗੇ, ਉਹਨੂੰ ਓਪਨ ਹੀ ਰੱਖਣਗੇ, ਅਤੇ ਉਸ ਤੋਂ ਬਾਅਦ ਫਿਰ ਤੁਹਾਨੂੰ 3 ਮੰਥਸ ਦਾ ਟਾਈਮ ਫਰਦਰ ਮਿਲ ਜਾਏਗਾ। ਅਤੇ ਜਿਨ੍ਹਾਂ ਲੋਕਾਂ ਦਾ ਕੋਰਸ ਸਟਾਰਟ ਹੋ ਗਿਆ ਹੈ, ਉਹਨਾਂ ਨੂੰ ਸਟੱਡੀ ਪਰਮਿਟ ਮਿਲ ਗਿਆ ਸੀ ਲੇਕਿਨ ਉਹ ਟਰੈਵਲ ਨਹੀਂ ਕਰ ਸਕਦੇ, ਉਹਨਾਂ ਨੂੰ ਆਪਸ਼ਨ ਮਿਲ ਰਿਹਾ ਕਿ ਤੁਸੀਂ ਆਪਦੇ ਕੰਟਰੀ 'ਚ ਰਹਿੰਦਿਆਂ ਹੋਇਆਂ ਔਨਲਾਈਨ ਸਟੱਡੀ ਕਰੋ। ਅਤੇ ਉਹ ਔਨਲਾਈਨ ਸਟੱਡੀ ਜਿਹੜੀ ਵੈਸੇ ਹੁੰਦੀ ਹੈ ਉਹ ਪਾਰਟ ਟਾਈਮ ਸਟੱਡੀ ਕਾਊਂਟ ਹੁੰਦੀ ਹੈ, ਫੁੱਲ ਟਾਈਮ ਨਹੀਂ ਹੁੰਦੀ, ਲੇਕਿਨ ਕੈਨੇਡੀਅਨ ਗਵਰਨਮੈਂਟ ਨੇ ਅਨਾਊਂਸ ਕੀਤਾ ਕਿ ਔਨਲਾਈਨ ਸਟੱਡੀ ਨੂੰ ਵੀ ਉਹ ਮਾਨਤਾ ਦੇਣਗੇ ਫੁੱਲ ਟਾਈਮ ਸਟੱਡੀ ਦੀ। ਕਿਸ ਤਰ੍ਹਾਂ ਕਿ ਜੇ ਤੁਹਾਡਾ 2 ਸਾਲ ਦਾ ਕੋਰਸ ਹੈ, 2 ਸਾਲ ਦੇ ਕੋਰਸ ਤੋਂ ਬਾਅਦ ਆਮ ਤੌਰ 'ਤੇ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਮਿਲ ਜਾਂਦਾ, ਅਤੇ ਉਹ ਜੇ ਤੁਸੀਂ 6 ਮਹੀਨੇ ਇੱਕ ਸਮੈਸਟਰ ਆਪਣੇ ਕੰਟਰੀ 'ਚ ਕਰਕੇ ਜਾਂਦੇ ਹੋ, ਤਾਂ ਉਹ 6 ਮਹੀਨੇ ਦਾ ਟਾਈਮ ਵੀ ਗਿਣਿਆ ਜਾਊਗਾ ਜਦੋਂ ਉਹ ਤੁਹਾਡੇ 2 ਸਾਲ ਪੂਰੇ ਹੋਣ ਨੂੰ ਗਿਣਨਗੇ। ਅਤੇ ਇੱਕ ਬਹੁਤ ਅੱਛੀ ਫੈਸਿਲਿਟੀ ਹੈ ਉਹਨਾਂ ਵਾਸਤੇ, ਕਿਉਂਕਿ ਦੇਖੋ ਜੇ ਤੁਸੀਂ ਆਪਦੇ ਕੰਟਰੀ 'ਚ ਬਹਿ ਕੇ ਸਟੱਡੀ ਕਰੋਗੇ ਤੁਹਾਡਾ ਅਕੋਮੋਡੇਸ਼ਨ ਦਾ ਖਰਚਾ ਬਚੇਗਾ, ਠੀਕ ਹੈ। ਫਿਰ ਤੁਹਾਡਾ ਜਿਹੜਾ ਲਿਵਿੰਗ ਐਕਸਪੈਂਸ ਹੈ, ਸੱਜੇ ਖੱਬੇ ਬੰਦਾ ਜਾਂਦਾ, ਕੋਈ ਚਾਹ ਚੂਹ ਪੀ ਲੈਂਦਾ, ਕੌਫੀ ਪੀ ਲੈਂਦਾ, ਇਹੋ ਜਿਹੇ ਸਾਰੇ ਐਕਸਪੈਂਸ ਜਿਹੜੇ ਨੇ ਉਹ ਤੁਹਾਡੇ ਬਚ ਜਾਣਗੇ, ਅਤੇ ਥੋੜ੍ਹਾ ਜਿਹਾ ਤੁਹਾਨੂੰ ਚੀਪ ਵੀ ਪਏਗਾ। ਅਤੇ ਫਿਰ ਯਾਨੀ ਫਰਜ਼ ਕਰੋ ਇੱਕ ਸਮੈਸਟਰ ਤੁਸੀਂ ਇੱਥੇ ਕਰਕੇ ਜਾਂਦੇ ਹੋ ਅਤੇ ਬਾਕੀ ਦੇ ਸਮੈਸਟਰ ਉੱਥੇ ਕਰੋਗੇ, ਅਤੇ ਉਹ ਜਿਹੜਾ ਤੁਹਾਡਾ ਇੱਧਰਲਾ ਸਮੈਸਟਰ ਹੈ ਉਹ ਵੀ ਫੁੱਲ ਟਾਈਮ ਕਾਊਂਟ ਹੋਊਗਾ ਨਾਲ, ਰਾਈਟ। ਅੱਛਾ ਜੀ, ਹੁਣ IELTS ਦੇ ਬਾਰੇ ਆਪਾਂ ਗੱਲ ਕਰ ਲੈਂਦੇ ਹਾਂ। IELTS ਦੇ ਬਾਰੇ ਮੈਂ ਤੁਹਾਨੂੰ ਇਹੀ ਕਹਾਂਗਾ ਕਿ IELTS ਵਾਸਤੇ ਪ੍ਰਪੇਅਰਡ ਰਹੋ, ਚੁਕੰਨੇ ਰਹੋ, ਆਪਣੀ ਪ੍ਰੈਪਰੇਸ਼ਨ ਨੂੰ ਤਿਆਰ ਰੱਖੋ। ਕੋਈ ਪਤਾ ਨਹੀਂ ਕਿਸੇ ਦਿਨ ਤੁਸੀਂ ਸੋ ਕੇ ਉੱਠੋ, ਸਵੇਰੇ ਸਵੇਰੇ ਮੇਰੀ ਬ੍ਰੇਕਿੰਗ ਨਿਊਜ਼ ਆਈ ਹੋਏ ਜਾਂ ਕਿਤੇ ਹੋਰ ਪਾਸੋਂ ਤੁਹਾਨੂੰ ਪਤਾ ਲੱਗੇ ਕਿ IELTS ਦੇ ਟੈਸਟ ਖੁੱਲ ਗਏ ਨੇ, ਠੀਕ ਹੈ। ਐਟ ਦੀ ਐਂਡ ਇਹ ਡੱਕਾ ਖੁੱਲਣਾ ਹੀ ਖੁੱਲਣਾ, ਇਹ ਨਹੀਂ ਹੈ ਕਿ ਡੱਕਾ ਲੱਗਾ ਰਹੇ ਅੱਗੇ ਕੋਈ ਛਾਪਰ ਛੁਪਰ ਨਹੀਂ, ਜਿੱਦਾਂ ਫਸ ਜਾਂਦੇ ਪੰਜਾਬ ਦੀਆਂ ਨਾਲੀਆਂ 'ਚ, ਫਿਰ ਸੋਟੀ ਮਾਰੀ ਦੀ ਹੈ, ਡਾਂਗ ਮਾਰੀ ਦੀ ਹੈ, ਸਾਰੇ ਛਾਪਰ ਨਿਕਲ ਜਾਂਦੇ ਨੇ ਅਤੇ ਡੱਕੇ ਖੁੱਲ ਜਾਂਦੇ ਨੇ ਅਤੇ ਪਾਣੀ ਫਰਲੂ ਚੜਨ ਲੱਗ ਜਾਂਦਾ। ਬਿਲਕੁਲ ਇੱਦਾਂ ਹੀ ਇਹ ਡੱਕੇ ਖੁੱਲ ਜਾਣਗੇ ਅਤੇ ਸਾਰਾ ਕੁਛ ਸਹੀ ਹੋ ਜਾਊਗਾ, ਰਾਈਟ। ਪੋਜ਼ੀਟਿਵ ਰਹੋ,
ਇਸ ਨੈਗੇਟਿਵ ਟਾਈਮ 'ਚ ਤੁਹਾਡਾ ਪੋਜ਼ਿਟਿਵ ਰਹਿਣਾ ਬਹੁਤ ਜ਼ਰੂਰੀ ਹੈ। ਐਟ ਦੀ ਐਂਡ ਮੈਨੂੰ ਪਤਾ ਹੈ ਤੁਸੀਂ ਕਨੇਡਾ ਜਾ ਕੇ ਹੀ ਖੇ ਖਾਣੀ ਹੈ, ਤੁਸੀਂ ਕਹੋਗੇ ਉੱਥੇ ਤਾਂ ਖੇ ਹੀ ਨਹੀਂ ਹੁੰਦੀ। ਵਾਕਈ ਉੱਥੇ ਖੇ ਨਹੀਂ ਹੁੰਦੀ, ਸਾਡੇ ਪੰਜਾਬ 'ਚ ਬੜੀ ਜ਼ਰਖੇਜ਼ ਖੇ ਹੁੰਦੀ ਹੈ, ਠੀਕ ਹੈ। ਅਸੀਂ ਖਾਂਦੇ ਵੀ ਹਾਂ ਅਤੇ ਉਸ ਖੇ 'ਚੋਂ ਜੋ ਚੀਜ਼ਾਂ ਨਿਕਲਦੀਆਂ ਨੇ ਕਿੰਨੀਆਂ ਮਜ਼ੇ ਦੀਆਂ ਹੁੰਦੀਆਂ, ਅਨਾਜ ਗੱਲਾਂ, ਉਹ ਵੀ ਅਸੀਂ ਖਾਂਦੇ ਹਾਂ। ਆਲ ਦਾ ਬੈਸਟ ਗਾਇਸ, ਆਪਣਾ ਬਹੁਤ ਖਿਆਲ ਰੱਖੋ, ਪੋਜ਼ਿਟਿਵ ਰਹੋ, ਠੀਕ ਹੈ, ਅਤੇ ਪੋਜ਼ਿਟਿਵਿਟੀ ਹੀ ਅੱਗੇ ਫੈਲਾਓ। ਲੋਕਾਂ ਨੂੰ ਨੈਗੇਟਿਵ ਨਾ ਕਰੋ, ਨੈਗੇਟਿਵ ਲੋਕਾਂ ਦੀਆਂ ਵੀਡੀਓਜ਼ ਵੀ ਨਾ ਵੇਖੋ, ਨੈਗੇਟਿਵ ਪੈਗਾਮ ਨੂੰ ਅੱਗੇ ਨਾ ਫੈਲਾਓ। ਐਟ ਦੀ ਐਂਡ ਇਹ ਚੀਜ਼ਾਂ ਸਹੀ ਹੋ ਜਾਣਗੀਆਂ। ਹੁਣ ਕਾਫੀ ਹੱਦ ਤੱਕ ਲੋਕ ਜਿਹੜੇ ਨੇ ਉਹ ਕਰੋਨਾ ਵਾਸਤੇ ਤਿਆਰ ਹੋ ਗਏ ਨੇ, ਮਤਲਬ ਤਿਆਰ ਤੋਂ ਮੁਰਾਦ ਇਹ ਕਿ ਲੋਕ ਕਰੋਨਾ ਦਾ ਮੁਕਾਬਲਾ ਕਰਨ ਲਈ ਤਿਆਰ ਹੋ ਗਏ ਨੇ, ਮਾਸਕ ਵਗੈਰਾ ਯੂਜ਼ ਕਰ ਰਹੇ ਨੇ, ਸੈਨੇਟਾਈਜ਼ਰ ਯੂਜ਼ ਕਰ ਰਹੇ ਨੇ। ਹੁਣ ਸਾਨੂੰ ਆਪਦੇ ਲਾਈਫ ਸਟਾਈਲ 'ਚ ਕੁਝ ਚੇਂਜਸ ਲੈ ਕੇ ਆਉਣੀਆਂ ਨੇ, ਅਤੇ ਇਹ ਕਰੋਨਾ ਦੇ ਨਾਲ ਹੀ ਹੁਣ ਸਾਨੂੰ ਜ਼ਿੰਦਗੀ ਗੁਜ਼ਾਰਨੀ ਪਵੇਗੀ। ਪਤਾ ਨਹੀਂ 2 ਮਹੀਨੇ, 4 ਮਹੀਨੇ, 6 ਮਹੀਨੇ, ਇਸ ਤੋਂ ਇੱਡੀ ਛੇਤੀ ਜਾਨ ਨਹੀਂ ਛੁੱਟਣ ਵਾਲੀ ਸਾਡੀ। ਬਹਰਹਾਲ ਅੱਲਾਹ ਤਾਲਾ ਸਭ 'ਤੇ ਰਹਿਮ ਕਰੇ, ਸਭ 'ਤੇ ਕਰਮ ਕਰੇ। ਆਪ ਦਾ ਬਹੁਤ ਬਹੁਤ ਖਿਆਲ ਰੱਖੋ। ਜੇ ਤੁਹਾਡੇ ਕੋਲ ਕੋਈ ਲੇਟੈਸਟ ਅਪਡੇਟ ਹੈ ਤਾਂ ਇਸ ਵੀਡੀਓ ਦੇ ਕੋਮੈਂਟ 'ਤੇ ਜਿਹੜੀ ਲੇਟੈਸਟ ਅਪਡੇਟ ਹੈ ਉਹ ਵੀ ਸ਼ੇਅਰ ਕਰੋ। ਮੈਂ ਆਪਣੇ ਉਸ ਚੈਨਲ ਦਾ, ਪੰਜਾਬੀ ਚੈਨਲ ਦਾ ਲਿੰਕ ਥੱਲੇ ਦੇ ਦਿੱਤਾ ਹੈ, ਉਸ ਪੰਜਾਬੀ ਚੈਨਲ 'ਤੇ ਜਾ ਕੇ ਉਹਨੂੰ ਸਬਸਕ੍ਰਾਈਬ ਵੀ ਕਰੋ, ਕਿਉਂਕਿ ਇਹ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਵਾਸਤੇ ਮੈਂ ਪੰਜਾਬੀ ਦੀ ਵੀਡੀਓਜ਼ ਪੰਜਾਬੀ ਵਾਲੇ ਚੈਨਲ 'ਤੇ ਹੀ ਅਪਲੋਡ ਕਰਾਂ। ਆਲ ਦਾ ਬੈਸਟ ਗਾਈਜ਼, ਥੈਂਕ ਯੂ ਵੈਰੀ ਵੈਰੀ ਮੱਚ। ਅਸਦ ਯਾਕੂਬ ਵਿਸ਼ਿਜ਼ ਯੂ ਆਲ ਦਾ ਬੈਸਟ ਵੰਸ ਅਗੇਨ। ਅੱਲਾ ਹਾਫਿਜ਼, ਸਤਿ ਸ਼੍ਰੀ ਅਕਾਲ, ਟੇਕ ਕੇਅਰ, ਬਾਏ ਬਾਏ।